ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਤੁਹਾਨੂੰ ਦੁਮਾਲਾ ਕਿਸ ਤਰ੍ਹਾਂ ਆਪਾਂ ਸਿਰ 'ਤੇ ਸਜਾਉਣਾ ਹੈ ਉਸ ਬਾਰੇ ਦੱਸਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਜੋ ਆਪਣੇ ਕੇਸਾਂ ਦਾ ਜੂੜਾ ਹੈ ਉਸ ਨੂੰ ਖੋਲ੍ਹ ਕੇ ਸਿਰ ਦੇ ਉੱਤੇ ਜੋ ਬੁੰਗਾ ਬਣਾਉਣਾ ਹੈ, ਸਭ ਤੋਂ ਪਹਿਲਾਂ ਆਪਾਂ ਬੁੰਗਾ ਬਣਾਵਾਂਗੇ। ਸੋ ਬੁੰਗਾ ਬਣਾਉਣ ਦੇ ਲਈ ਤੁਹਾਨੂੰ ਇੱਕ ਤਕਰੀਬਨ 2 ਮੀਟਰ ਦਾ ਪਰਨਾ ਹੈ ਤੁਸੀਂ ਲੈਣਾ ਹੈ। ਉਸ ਦੇ ਵਿੱਚ ਆਪਣੇ ਜੋ ਕੇਸਾਂ ਨੂੰ ਫੋਲਡ ਕਰਨਾ ਹੈ, ਕੇਸਾਂ ਨੂੰ ਫੋਲਡ ਕਰਨ ਤੋਂ ਬਾਅਦ 'ਚ ਇਸ ਤਰ੍ਹਾਂ ਤੁਸੀਂ ਚੰਗੀ ਤਰ੍ਹਾਂ ਫੋਲਡ ਕਰ ਲੈਣਾ ਹੈ ਅਤੇ ਉੱਪਰ ਬੁੰਗੇ ਦੇ ਲਈ ਇੱਕ ਜੂੜਾ ਕਰਨਾ ਹੈ ਜੋ ਕਿ ਤੁਸੀਂ ਪਰਨੇ ਦੇ ਵਿੱਚ ਕੇਸਾਂ ਨੂੰ ਲਪੇਟ ਕੇ ਕਰਨਾ ਹੈ। ਸੋ ਇਸ ਬੁੰਗੇ ਦੇ ਨਾਲ ਹੀ ਤੁਹਾਡੇ ਜੋ ਦੁਮਾਲੇ ਦੀ ਸ਼ੇਪ ਹੈ ਉਹ ਜਿਸ ਤਰ੍ਹਾਂ ਵੀ ਤੁਸੀਂ ਬਣਾਉਣੀ ਚਾਹੁੰਦੇ ਹੋ ਉਹ ਸ਼ੇਪ ਉਸੇ ਤਰ੍ਹਾਂ ਦੀ ਆਵੇਗੀ। ਸੋ ਇਸ ਨੂੰ ਤੁਸੀਂ ਜ਼ਿਆਦਾ ਢਿੱਲਾ ਨਹੀਂ ਰੱਖਣਾ ਅਤੇ ਜ਼ਿਆਦਾ ਟਾਈਟ ਵੀ ਨਹੀਂ ਕਰਨਾ ਜੋ ਬੁੰਗੇ ਵਾਲਾ ਇਹ ਜੂੜਾ ਹੋ ਰਿਹਾ ਹੈ। ਸੋ ਇਸ ਤਰ੍ਹਾਂ ਤੁਸੀਂ ਬੁੰਗੇ ਦੇ ਲਈ ਜੂੜਾ ਕਰਨਾ ਹੈ ਅਤੇ ਉਸ ਤੋਂ ਬਾਅਦ 'ਚ ਤੁਸੀਂ ਆਪਣਾ ਜੋ ਕੰਘਾ ਹੈ ਉਸ ਨੂੰ ਪਿੱਛੇ ਵਾਲੀ ਸਾਈਡ ਲਗਾ ਲੈਣਾ ਹੈ। ਕੰਘਾ ਲਾਉਣ ਤੋਂ ਬਾਅਦ 'ਚ ਤੁਸੀਂ ਇੱਕ ਸਿੰਗਲ ਪਰਨਾ ਲੈਣਾ ਹੈ ਜੋ ਕਿ ਦੁਮਾਲੇ ਦੇ ਨੀਚੇ ਦੀ ਹੀ ਆਪਾਂ ਬੁੰਗੇ ਦੇ ਲਈ ਯੂਜ਼ ਕਰਨਾ ਹੈ। ਸੋ ਇਸ ਤਰ੍ਹਾਂ ਤੁਸੀਂ ਜਦੋਂ ਇਹ ਬੁੰਗੇ ਦੇ ਲਈ ਪਰਨਾ ਬੰਨਣਾ ਹੈ ਤਾਂ ਤੁਸੀਂ ਜੋ ਉੱਪਰ ਵਾਲਾ ਲੜ ਹੈ ਉਹ ਸਾਰੇ ਹੀ ਲੜ ਤੁਸੀਂ ਇਸ ਤਰ੍ਹਾਂ ਉੱਪਰ ਹੀ ਰੱਖਣੇ ਨੇ, ਉਸ ਨੂੰ ਵਿੱਚ ਨਹੀਂ ਕਰਨਾ। ਸਾਰੇ ਹੀ ਇਸ ਤਰ੍ਹਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਉੱਪਰ ਹੀ ਰੱਖਣੇ ਨੇ ਤਾਂ ਜੋ ਤੁਹਾਡੇ ਦੁਮਾਲੇ ਦੀ ਸ਼ੇਪ ਹੈ ਤੁਸੀਂ ਜਿਸ ਤਰ੍ਹਾਂ ਦੀ ਵੀ ਬਣਾਉਣੀ ਚਾਹੁੰਦੇ ਹੋ ਉਹ ਸ਼ੇਪ ਉਸੇ ਤਰ੍ਹਾਂ ਦੀ ਆ ਜਾਵੇ। ਅਤੇ ਬਾਅਦ ਵਿੱਚ ਤੁਸੀਂ ਜੋ ਉੱਪਰ ਵੱਧਦਾ ਕੱਪੜਾ ਹੈ ਉਸਨੂੰ ਇਸ ਤਰ੍ਹਾਂ ਅੱਗੇ ਵਾਲੀ ਸਾਈਡ ਮੋੜਨਾ ਹੈ, ਪਿੱਛੇ ਨੂੰ ਨਹੀਂ ਮੋੜਨਾ ਗਾ, ਅੱਗੇ ਵਾਲੀ ਸਾਈਡ ਮੋੜ ਕੇ ਇਸ ਤਰ੍ਹਾਂ ਉੱਤੋਂ ਦੀ ਇੱਕ ਲੜ ਲਗਾ ਦੇਣਾ ਹੈ। ਲੜ ਲਾਉਣ ਤੋਂ ਉਪਰੰਤ ਤੁਸੀਂ ਫਿਰ ਉਸ ਦੀ ਸਫਾਈ ਦੇ ਲਈ ਇੱਕ ਲੜ ਫਿਰ ਅੱਗੇ ਵਾਲੀ ਸਾਈਡ ਮੋੜ ਦੇਣਾ ਹੈ ਤਾਂ ਜੋ ਤੁਹਾਡੇ ਬੁੰਗੇ ਦੀ ਸ਼ੇਪ ਹੈ ਉਹ ਪੂਰੀ ਵਧੀਆ ਆ ਸਕੇ ਅਤੇ ਜੋ ਤੁਸੀਂ ਬਾਅਦ ਵਿੱਚ ਦੁਮਾਲਾ ਸਜਾਉਣਾ ਹੈ ਉਹ ਤੁਹਾਡੇ ਸਿਰ ਦੇ ਉੱਤੇ ਦੁਮਾਲਾ ਵਧੀਆ ਸੱਜ ਸਕੇ। ਇਸੇ ਤਰ੍ਹਾਂ ਹੀ ਤੁਸੀਂ ਇਹ ਸਾਰੇ ਲੜ ਗੋਲ ਹੀ ਲਗਾ ਦੇਣੇ ਹਨ। ਇਹ ਤੁਹਾਡਾ ਹੁਣ ਦੁਮਾਲੇ ਦੇ ਜੋ ਥੱਲੇ ਦੀ ਆਪਾਂ ਬੁੰਗਾ ਸਾਹਿਬ ਬਣਾਉਂਦੇ ਹਾਂ ਇਹ ਬੁੰਗਾ ਬਿਲਕੁਲ ਤਿਆਰ ਹੈ ਅਤੇ ਤੁਸੀਂ ਦੇਖ ਸਕਦੇ ਹੋ ਹੱਥ ਦੇ ਨਾਲ ਕੋਈ ਵੀ ਤੁਹਾਨੂੰ ਲੱਗਦਾ ਉਹ ਸਹੀ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਸਿੰਗਲ ਦੁਮਾਲੇ ਦੇ ਲਈ ਕੱਪੜਾ ਲੈਣਾ ਹੈ, ਸਿੰਗਲ 10 ਮੀਟਰ ਇਹ ਕੱਪੜੇ ਦੀ ਲੈਂਥ ਹੈ ਜਿਹੜਾ ਅਸੀਂ ਵਰਤ ਰਹੇ ਹਾਂ। ਸੋ ਇਸ ਤਰ੍ਹਾਂ ਤੁਸੀਂ ਪਹਿਲਾਂ ਲੜ ਲਗਾਉਣਾ ਹੈ ਸਿਰ ਦੇ ਉੱਤੇ ਰੱਖ ਕੇ, ਇਹ ਉੱਪਰ ਤੋਂ ਸ਼ੁਰੂ ਕਰਨਾ ਹੈ, ਆਪਾਂ ਸਾਰਾ ਸਿਰ ਕਵਰ ਕਰਨਾ ਹੈ ਅਤੇ ਗੋਲ ਘੁਮਾ ਦੇਣਾ ਹੈ। ਉਸ ਤੋਂ ਬਾਅਦ 'ਚ 2 ਬੀਆਂ ਲਾਉਣੀਆਂ ਤੁਸੀਂ, ਜਿਸ ਤਰ੍ਹਾਂ ਇੱਕ ਬੀ ਹੋ ਗਈ ਇਹ ਕੰਨ ਦੇ ਨੀਚੇ ਦੀ ਜੋ ਲੱਗ ਰਹੀ ਹੈ ਇਸ ਤਰ੍ਹਾਂ ਲਗਾਉਣੀ ਹੈ। ਜੋ ਤੁਸੀਂ ਦੂਸਰਾ ਲੜ ਹੈ ਨਾ ਦੁਮਾਲੇ ਦਾ ਉਹ ਇਸ ਤਰ੍ਹਾਂ ਲਗਾ ਲੈਣਾ ਹੈ, ਕੰਨ ਨੂੰ ਕਵਰ ਕਰ ਲੈਣਾ ਹੈ ਅਤੇ ਉੱਪਰ ਵਾਲੀ ਸਾਈਡ ਅਤੇ ਦੂਸਰੀ ਸਾਈਡ ਤੋਂ ਉੱਪਰੋਂ ਨੀਚੇ ਵਾਲੀ ਸਾਈਡ। ਸੋ ਤੁਸੀਂ ਦੇਖਦੇ ਹੋ ਇਸ ਤਰ੍ਹਾਂ ਤੁਹਾਡੀ ਇਹ ਵੀ ਬਣ ਜਾਏਗੀ। ਇਸ ਤਰ੍ਹਾਂ 2 ਪੇਚ ਲਗਾ ਕੇ ਇਹ ਡਬਲ ਕਰ ਦੇਣਾ ਹੈ ਆਪਾਂ, ਲੜ ਡਬਲ ਲੜ ਇਸ ਕਰਕੇ ਕਰਨਾ ਕਿ ਇਹ ਦੁਮਾਲਾ ਪਤਲਾ ਹੋਣ ਕਾਰਨ ਜੋ ਕੰਨਾਂ ਤੋਂ ਹੈ ਉਹ ਪਤਲਾ ਨਾ ਰਹੇ, ਢਿੱਲਾ ਨਾ ਹੋਵੇ ਦੁਮਾਲਾ ਤੁਹਾਡਾ। ਇਸ ਲਈ ਅਸੀਂ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਕਰਨਾ ਹੈ ਸਿਰ ਨੂੰ ਢੱਕ ਕੇ, ਉਸ ਤੋਂ ਬਾਅਦ 'ਚ ਆਪਾਂ 2 ਬੀਆਂ ਲਗਾਉਣੀਆਂ, ਉਸ ਤੋਂ ਬਾਅਦ 'ਚ ਆਪਾਂ ਇੱਕ ਹਲਕਾ ਜਿਹਾ ਲੜ ਨੂੰ ਸਾਫ਼ ਕਰਕੇ ਇੱਕ ਉੱਦਾਂ ਹੀ ਲੜ ਲਗਾ ਦੇਣਾ ਹੈ ਇਸ ਤਰ੍ਹਾਂ। ਬਾਅਦ ਵਿੱਚ ਜੋ ਤੁਸੀਂ ਅੱਗੇ ਵਾਲੀ ਸਾਈਡ ਚੰਦ ਬਣਾਉਣਾ ਹੈ ਉਹ ਵੀ ਤੁਸੀਂ ਪਿੱਛੋਂ ਵੀ ਇੱਕੋ ਜਿਹਾ ਲੜ ਰੱਖਣਾ ਅਤੇ ਅੱਗਿਓਂ ਵੀ, ਇਸ ਨੂੰ ਤੁਸੀਂ ਗੋਲ ਵੀ ਲਗਾ ਸਕਦੇ ਹੋ ਪਰ ਅਸੀਂ ਇੱਥੇ ਸਿੱਧਾ ਲਾ ਲਏ ਹਾਂ। ਅਤੇ ਤੁਸੀਂ ਇਸ ਤਰ੍ਹਾਂ ਇਹ ਲੜ ਨੂੰ ਲਗਾ ਲੈਣਾ ਹੈ।
ਤੇ ਇਸ ਤੋਂ ਬਾਅਦ ਚ ਤੁਸੀਂ ਜਿੰਨੇ ਵੀ ਲੜ ਲਗਾਉਣੇ ਨੇ ਤੁਸੀਂ ਦੇਖ ਰਹੇ ਹੋ ਕਿ ਕੰਨ ਕੋਲੋਂ ਇੱਕੋ ਜੇ ਰੱਖਣੇ ਆ ਤੁਸੀਂ ਜਿੰਨੇ ਵੀ ਲੜ ਇੱਦਾਂ ਘੁਮਾਉਣੇ ਨੇ ਤੁਸੀਂ ਪੇਚ ਬਣਾਉਣੇ ਨੇ ਜਾਂ ਬਲ ਪਾਉਣੇ ਨੇ ਉਹ ਜਿੱਥੋਂ ਤੁਸੀਂ ਪੇਚ ਸ਼ੁਰੂ ਕੀਤੇ ਨੇ ਸਾਰੇ ਹੀ ਪੇਚ ਉੱਥੋਂ ਹੀ ਸ਼ੁਰੂ ਹੋਣੇ ਚਾਹੀਦੇ ਆ ਇੱਕੇ ਜਗ੍ਹਾ ਤੋਂ ਸਾਰੇ ਲੜ ਨਿਕਲਣੇ ਚਾਹੀਦੇ ਨੇ ਤਾਂ ਜੋ ਤੁਹਾਡੇ ਦੁਮਾਲੇ ਦੀ ਸ਼ੇਪ ਹੈ ਉਹ ਪੂਰੀ ਵਧੀਆ ਬਣ ਸਕੇ ਸਾਰੇ ਹੀ ਲੜ ਆਪਾਂ ਇੱਦਾਂ ਹੀ ਲਗਾਉਣੇ ਨੇ ਸੋ ਜਿਹੜੇ ਵੀਰਾਂ ਨੇ ਸਾਡਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈੱਲ ਆਈਕੋਨ ਦੇ ਬਟਨ ਨੂੰ ਤੁਸੀਂ ਜ਼ਰੂਰ ਦਬਾਓ ਤਾਂ ਜੋ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਅਤੇ ਨਾਲ ਹੀ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਹੋਰ ਵੀ ਵੀਰਾਂ ਤੱਕ ਸਾਡੀਆਂ ਵੀਡੀਓ ਪਹੁੰਚ ਸਕਣ ਉਹ ਜਿਸ ਤਰ੍ਹਾਂ ਦੀ ਦਸਤਾਰ ਜਾਂ ਦੁਮਾਲਾ ਸਿੱਖਣਾ ਚਾਹੁੰਦੇ ਹਨ ਉਹ ਸਿੱਖ ਸਕਣ ਸੋ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਾਰੇ ਹੀ ਪੇਚ ਆਪਾਂ ਉੱਦਾਂ ਹੀ ਲਗਾਏ ਨੇ ਇਹ ਧਿਆਨ ਰੱਖਣਾ ਹੈ ਜਿੱਥੋਂ ਆਪਾਂ ਪੇਚ ਸ਼ੁਰੂ ਕਰਨੇ ਨੇ ਸਾਰੇ ਹੀ ਪੇਚ ਆਪਣੇ ਉੱਥੋਂ ਨਿਕਲਣੇ ਚਾਹੀਦੇ ਨੇ ਤਾਂ ਜੋ ਤੁਹਾਡੇ ਦੁਮਾਲੇ ਦੀ ਸ਼ੇਪ ਹੈ ਉਹ ਪੂਰੀ ਵਧੀਆ ਆ ਸਕੇ ਸੋ ਇਸ ਤਰ੍ਹਾਂ ਜੋ ਲੜ ਹੈ ਤੁਸੀਂ ਪਿੱਛੇ ਬੈਕ ਵਾਲੀ ਸਾਈਡ ਦੁਮਾਲੇ ਦੇ ਵਿੱਚ ਹੀ ਫੋਲਡ ਕਰ ਦੇਣਾ ਹੈ ਸੋ ਹੁਣ ਤੁਹਾਡਾ ਜੋ ਦੁਮਾਲਾ ਹੈ ਇਹ ਸੱਜ ਕੇ ਬਿਲਕੁਲ ਤਿਆਰ ਹੋ ਚੁੱਕਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।